ਕੀ ਰੇਟ ਦੇ ਵਿੱਚ ਆਪਣੇ ਕੋਲ ਇਹ ਅਵੇਲੇਬਲ ਹੁੰਦੀਆਂ ਨੇਗੀਆਂ? ਠੀਕ ਹੈ, ਇਹ ਨਹੀਂ ਹੈਗਾ ਵੀ ਆਪਾਂ 10 ਚਗੱਠਾ ਦੇਤੀਆਂ ਜਿਹਦੇ ਵਿੱਚੋਂ 2 ਚਗੱਠਾ ਦੇ ਸਟੈਂਪ ਆ ਗਈ, 8 ਤੇ ਆਈ ਨਹੀਂ, ਇਹੋ ਜਿਹਾ ਕੋਈ ਕੰਮ ਨਹੀਂ ਹੋਊਗਾ ਜੀ। ਜਿਵੇਂ ਰੇਟ ਦੀ ਗੱਲ ਕਰ ਲਈਏ ਜੀ ਆਪਾਂ, ਰੇਟ ਦੇ ਵਿੱਚ ਜੇ ਕੋਈ ਨੌਨ ਬ੍ਰਾਂਡ ਲੈਣਾ ਆਪਾਂ, ਕੋਈ ਨੈਸ਼ਨਲ ਵਗੈਰਾ ਹੋਰ ਬ੍ਰਾਂਡ ਬਹੁਤ ਆਉਂਦੇ ਨੇ ਜੀ, ਉਹਨਾਂ ਦਾ ਰੇਟ ਹੈਗਾ 95 ਰੁਪਏ ਕਿਲੋ ਆਪਣੀ ਚਗਾਠ ਤਿਆਰ ਕਰਕੇ ਜੀ। ਤਿਆਰ ਕਰਕੇ ਆਪਣੇ ਕੋਲ ਕਾਮਧੇਨੂ ਆ ਗਿਆ ਜੀ। ਇੱਕ ਤਾਂ ਕਾਮਧੇਨੂ ਦੇ ਵਿੱਚ 2 ਚੀਜ਼ਾਂ ਆਉਂਦੀਆਂ ਨੇ ਜੀ, ਇੱਕ ਤਾਂ ਆਉਂਦਾ ਲੈਮੀਨੇਸ਼ਨ ਪੇਪਰ, ਇਹ ਤਾਂ ਪੈਂਦਾ 110 ਰੁਪਏ ਕਿਲੋ ਜੀ ਆਪਾਂ ਨੂੰ। ਤੇ ਜੇ ਆਪਾਂ ਬਿਨਾਂ ਲੈਮੀਨੇਸ਼ਨ ਵਾਲੀ ਕਾਮਧੇਨੂ ਨੂੰ ਵੀ ਚਗਾਠ ਲੈਣੀ ਹੈ, ਇਹ ਆਪਾਂ ਨੂੰ ਪੈ ਜੂਗੀ 105 ਰੁਪਏ ਕਿਲੋ। 105 ਰੁਪਏ ਜਿਹੜੀ ਟਾਟਾ ਦੀ ਹੈ, ਇਹ ਵੀ ਤੁਹਾਨੂੰ 110 ਰੁਪਏ ਕਿਲੋ ਚਗਾਠ ਅਸੀਂ ਤਿਆਰ ਕਰਕੇ ਦਵਾਂਗੇ। ਟਾਟਾ ਦੇ ਵਿੱਚ ਇਹ ਬਿਨਾਂ ਲੈਮੀਨੇਸ਼ਨ ਤੋਂ 110 ਪੈ ਜੂਗੀ? ਹਾਂਜੀ ਹਾਂ, ਕਾਮਧੇਨੂ ਦੇ ਵਿੱਚ ਲੈਮੀਨੇਸ਼ਨ ਦੇ ਸਣੇ 110 ਪੈ ਜੂਗੀ। ਠੀਕ ਹੈ, ਤੇ ਬਿਨਾਂ ਲੈਮੀਨੇਸ਼ਨ ਤੋਂ 105 ਜੀ। ਜਿਵੇਂ ਆਪਣੀ ਚਗਾਠ ਦੇਖੋ। ਲਓ ਜੀ ਵੀਰੋ, ਅੱਜ ਤੁਹਾਨੂੰ ਚੁਗਾਠਾਂ ਦੀ ਫੈਕਟਰੀ ਦੇ ਵਿੱਚ ਲੈ ਕੇ ਆਏ ਹਾਂ, ਜਿੱਥੇ ਆਪਾਂ ਜਿਹੜੀਆਂ ਕਹਿੰਦੇ ਨਾ ਸਟੀਲ ਦੀਆਂ, ਜਹਾਜ਼ਾਂ ਦੇ ਲੋਹੇ ਦੀਆਂ ਵੀ ਕਹਿੰਦੇ ਨੇ ਕਈ ਵਾਰੀ, ਅਤੇ ਸਟੀਲ ਵਾਲੀਆਂ ਚੁਗਾਠਾਂ ਇੱਥੇ ਬਣਦੀਆਂ ਨੇਗੀਆਂ। ਚੁਗਾਠਾਂ ਦੇ ਵਿੱਚ ਆਪਾਂ ਕਹਿੰਦੇ ਵੀ 2 ਕੰਪਨੀਆਂ ਦਾ ਜਿਵੇਂ ਸਟੀਲ ਦੇ ਵਿੱਚ ਵਧੀਆ ਵੱਡਾ ਨਾਮ ਹੈ, ਇੱਕ ਤਾਂ ਕਾਮਧੇਨੂ ਦਾ ਦੇਖੋ ਸਰੀਆ ਸੁਰੀਆ ਆਉਂਦਾ, ਹੋਰ ਇਹ ਚੀਜ਼ਾਂ ਆਉਂਦੀਆਂ ਨੇ, ਅਤੇ ਦੂਜਾ ਟਾਟਾ ਦਾ। ਇਹਨਾਂ ਮਟੀਰੀਅਲ ਦੇ ਬਾਰੇ ਗੱਲਬਾਤ ਕਰਾਂਗੇ, ਰੇਟ ਤੁਹਾਨੂੰ ਇਹਨਾਂ ਦਾ ਵੀ ਪੂਰਾ ਥੱਲੇ ਖਿੱਚ ਕੇ ਦਵਾਉਣਾ ਇੱਥੋਂ, ਅਤੇ ਦੂਜੀ ਗੱਲ ਜਿਹੜੇ ਹੋਰ ਮਾਰ ਕੇ ਆਉਂਦੇ ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ ਜੇ ਤੁਸੀਂ ਸਸਤੇ 'ਚ ਰਹਿਣਾ। ਆਹ ਦੇਖੋ ਚੁਗਾਠ ਤਿਆਰ ਹੋ ਰਹੀ ਹੈ, ਬਿਲਕੁਲ ਜਮਾਂ ਐਕੂਰੇਟ ਕੰਮ। ਇਹ ਨਹੀਂ ਹੈਗਾ ਵੀ ਚੁਗਾਠ ਦਾ ਕਿਸੇ ਪਾਸਿਓਂ ਮੇਜਰਮੈਂਟ ਕੋਈ ਹੋਰ ਹੋਊਗੀ ਜਾਂ ਦੂਜੇ ਪਾਸਿਓਂ ਕੋਈ ਹੋਰ ਹੋਊ, ਸਾਰੀ CNC ਮਸ਼ੀਨਾਂ ਦੇ ਉੱਤੇ ਵੈਂਡਿੰਗ ਹੁੰਦੀ ਹੈ, CNC ਦੀ ਸਾਰੀ ਕਟਿੰਗ ਹੁੰਦੀ ਹੈਗੀ, ਤਾਂ ਕਰਕੇ ਆਪਾਂ ਕੁਆਲਿਟੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਮਾਂ 1 ਨੰਬਰ ਦਾ ਕੰਮ। ਠੀਕ ਹੈ, ਆਹ ਵੇਖੋ ਤੁਸੀਂ ਬੈਂਡਿੰਗ ਹੁੰਦੀ, ਇਦੂ ਬਾਅਦ ਤੁਹਾਨੂੰ ਰੇਟ ਬਾਰੇ ਦੱਸਦੇ ਹਾਂ, ਜਾਣਕਾਰੀ ਦਿੰਦੇ ਹਾਂ ਪੂਰੀ। ਆਪਣੇ ਆਪ ਕੰਪਿਊਟਰ ਵਾਲੀ ਮਸ਼ੀਨਾਂ ਨੇਗੀਆਂ, ਆਪਣੇ ਆਪ ਸਾਰਾ ਕੰਮ ਓਪਰੇਟ ਹੁੰਦਾ, ਅਤੇ ਚੁਗਾਠ ਜਿਹੜੀ ਬਣ ਕੇ ਕੁਛ ਕੁ ਸੈਕਿੰਡਸ ਦੇ ਵਿੱਚ ਹੀ ਤਿਆਰ ਹੋ ਜਾਂਦੀ ਹੈ। ਟਾਟਾ ਦੇ ਵਿੱਚ ਅਤੇ ਕਾਮਧੇਨੂ ਦੇ ਵਿੱਚ ਤੁਹਾਨੂੰ ਇਹ ਮਟੀਰੀਅਲ ਮਿਲੂਗਾ। ਉਸ ਤੋਂ ਇਲਾਵਾ ਜਿਹੜੇ ਹੋਰ ਬ੍ਰਾਂਡ ਨੇਗੇ ਘੱਟ ਰੇਟ ਦੇ ਵਿੱਚ, ਉਹਨਾਂ ਦੇ ਵਿੱਚ ਵੀ ਤੁਹਾਨੂੰ ਮਿਲ ਜੂਗਾ, ਉੱਥੇ ਤੁਹਾਡਾ ਰੇਟ ਦੇ ਵਿੱਚ ਹੋਰ ਵੀ ਜ਼ਿਆਦਾ ਫਾਇਦਾ ਹੋ ਜੂਗਾ। ਠੀਕ ਹੈ, ਅਤੇ ਇਹ ਚੁਗਾਠ ਆਪਣੀ ਬਣ ਕੇ ਤਿਆਰ ਹੋ ਗਈ ਹੈ। ਠੀਕ ਹੈ, ਅਤੇ ਪੂਰੀ ਬਿਲਕੁਲ ਐਕੂਰੇਟ ਸਾਰੇ ਪਾਸਿਓਂ। ਅਤੇ ਕੀ ਰੇਟ ਦੇ ਵਿੱਚ ਆਪਣੇ ਕੋਲ ਇਹ ਅਵੇਲੇਬਲ ਹੁੰਦੀਆਂ ਨੇਗੀਆਂ? ਚੁਗਾਠਾਂ ਨੇ ਜਿਹੜੀਆਂ ਜੀ, ਦੇਖੋ ਚਾਦਰ ਦੇ ਵਿੱਚ ਬਹੁਤ ਕੁਛ ਆਉਣ ਲੱਗ ਗਿਆ ਜੀ। ਜਿਹੜੇ ਆਪਣੀ ਟੌਪ ਕੁਆਲਿਟੀ ਦੀ ਚਾਦਰ ਹੁੰਦੀ ਹੈ, ਇੱਕ ਤਾਂ ਉਹ ਕਾਮਧੇਨੂ ਆ ਜੀ। ਠੀਕ ਹੈ, ਇੱਕ ਹੈਗੀ ਹੈ ਟਾਟਾ ਜੀ, ਜਿਹੜੇ ਕਾਮਧੇਨੂ ਦੀ ਚਾਦਰ ਹੈ ਜੀ, ਉਹ ਤੁਹਾਨੂੰ ਹਰ ਇੱਕ ਚਗਾਠ ਤੇ ਕਾਮਧੇਨੂ ਦਾ ਨਾਮ ਮਿਲੂਗਾ। ਠੀਕ ਹੈ, ਜੇ ਟਾਟਾ ਦੀ ਲਓਗੇ ਤਾਂ ਹਰ ਇੱਕ ਚਗਾਠ ਤੇ ਤੁਹਾਨੂੰ ਟਾਟਾ ਦੀ ਜਿਹੜੀ ਸਟੈਂਪ ਹੈਗੀ ਉਹ ਬਕਾਇਦਾ ਹਰ ਇੱਕ ਚਗਾਠ ਤੇ ਤੁਹਾਨੂੰ ਮਿਲੂਗੀ ਜੀ। ਠੀਕ ਹੈ, ਇਹ ਨਹੀਂ ਹੈਗਾ ਵੀ ਆਪਾਂ 10 ਚਗਾਠਾਂ ਦੇਤੀਆਂ ਜਿਹਦੇ ਵਿੱਚੋਂ 2 ਚਗਾਠਾਂ ਦੇ ਸਟੈਂਪ ਆ ਗਈ, 8 ਤੇ ਆਈ ਨਹੀਂ, ਇਹੋ ਜਿਹਾ ਕੋਈ ਕੰਮ ਨਹੀਂ ਹੋਊਗਾ ਜੀ। ਜਿਹੜੀ ਚੀਜ਼ ਕਹਿਤੀ ਤੁਹਾਨੂੰ ਚੀਜ਼ ਉਹੀ ਮਿਲੂਗੀ, ਉਹੀ ਮਿਲੂਗੀ। ਹਾਂਜੀ ਹਾਂ, ਜਿਵੇਂ ਰੇਟ ਦੀ ਗੱਲ ਕਰ ਲਈਏ ਜੀ ਆਪਾਂ, ਰੇਟ ਦੇ ਵਿੱਚ ਜੇ ਕੋਈ ਨੌਨ ਬ੍ਰਾਂਡ ਲੈਣਾ ਆਪਾਂ, ਕੋਈ ਨੈਸ਼ਨਲ ਵਗੈਰਾ ਹੋਰ ਬ੍ਰਾਂਡ ਬਹੁਤ ਆਉਂਦੇ ਨੇ ਜੀ, ਉਹਨਾਂ ਦਾ ਰੇਟ ਹੈਗਾ 95 ਰੁਪਏ ਕਿਲੋ ਆਪਣੀ ਚਗਾਠ ਤਿਆਰ ਕਰਕੇ ਜੀ। ਤਿਆਰ ਕਰਕੇ, ਠੀਕ ਹੈ। ਹਾਂਜੀ ਹਾਂ, ਜਿਹੜਾ ਵੇਟ ਹੋਊਗਾ ਤਿਆਰ ਚਗਾਠ ਦਾ ਹੋਊਗਾ, ਤਿਆਰ ਚਗਾਠ ਦਾ। ਹਾਂਜੀ ਹਾਂ, 95 ਰੁਪਏ ਕਿਲੋ ਆਪਾਂ ਦਵਾਂਗੇ ਤੁਹਾਨੂੰ ਨੌਨ ਬ੍ਰਾਂਡਡ, ਉਹਨੂੰ ਵੀ ਹੁੰਦਾ ਕੁਛ ਨਹੀਂ, ਦੇਖੋ ਬਹੁਤ ਮਾਲ ਵਿਕੀ ਜਾਂਦੇ ਨੇ, ਹੁੰਦਾ ਮਟੀਰੀਅਲ ਤਾਂ ਇਹੀ ਹੁੰਦਾ, ਮਟੀਰੀਅਲ ਇਹੀ ਹੁੰਦਾ, ਮਤਲਬ ਕਿ ਉਹ ਨੈਸ਼ਨਲ ਹੋ ਗਿਆ ਜੀ, ਏਸ਼ੀਅਨ ਹੋ ਗਿਆ, ਕਾਫੀ ਬ੍ਰਾਂਡ ਆਉਂਦੇ ਨੇ ਚਾਦਰਾਂ ਦੇ। ਠੀਕ ਹੈ, ਜੇ ਆਪਾਂ ਵਧੀਆ ਬ੍ਰਾਂਡ 'ਚ ਜਾਣਾ, ਫਿਰ ਇੱਕ ਤਾਂ ਆਪਣੇ ਕੋਲ ਕਾਮਧੇਨੂ ਆ ਗਿਆ ਜੀ, ਇੱਕ ਤਾਂ ਕਾਮਧੇਨੂ ਦੇ ਵਿੱਚ 2 ਚੀਜ਼ਾਂ ਆਉਂਦੀਆਂ ਨੇ ਜੀ, ਇੱਕ ਤਾਂ ਆਉਂਦਾ ਲੈਮੀਨੇਸ਼ਨ ਪੇਪਰ। ਅੱਛਾ, ਜਿਵੇਂ ਇਹ ਤੇ ਸਾਰਾ ਲੈਮੀਨੇਸ਼ਨ ਹੋਈ ਹੋਈ ਹੈ ਚਾਦਰ, ਇਹ ਤਾਂ ਪੈਂਦਾ 110 ਰੁਪਏ ਕਿਲੋ ਜੀ ਆਪਾਂ ਨੂੰ। ਠੀਕ ਹੈ,
ਤੇ ਜੇ ਆਪਾਂ ਬਿਨਾਂ ਲੈਮੀਨੇਸ਼ਨ ਵਾਲੀ ਕੰਮ ਤੇ ਵੀ ਚਗਾਠ ਲੈਣੀ ਹੈ ਇਹ ਆਪਾਂ ਨੂੰ ਪੈ ਜੂਗੀ 105 ਰੁਪਏ ਕਿਲੋ 105 ਰੁਪਏ ਕਿਲੋ ਹਾਂਜੀ ਜਿਹੜੀ ਟਾਟਾ ਦੀ ਹੈ ਇਹ ਵੀ ਤੁਹਾਨੂੰ 110 ਰੁਪਏ ਕਿਲੋ ਚਗਾਠ ਅਸੀਂ ਤਿਆਰ ਕਰਕੇ ਦਵਾਂਗੇ ਜੀ ਟਾਟਾ ਦੇ ਵਿੱਚ ਇਹ ਬਿਨਾਂ ਲੈਮੀਨੇਸ਼ਨ ਤੋਂ 110 ਪੈ ਜੂਗੀ ਹਾਂਜੀ ਹਾਂ ਕਾਮਦਿਨ ਦੇ ਵਿੱਚ ਲੈਮੀਨੇਸ਼ਨ ਦੇ ਸਣੇ 110 ਪੈ ਜੂਗੀ ਠੀਕ ਹੈ ਤੇ ਬਿਨਾਂ ਲੈਮੀਨੇਸ਼ਨ ਤੋਂ 105 ਜੀ ਜਿਵੇਂ ਆਪਣੀ ਚਗਾਠ ਦੇਖੋ ਆ ਚਗਾਠ ਲੈਮੀਨੇਸ਼ਨ ਵਾਲੇ ਪੇਪਰ ਦੀ ਤਿਆਰ ਹੋਈ ਹੋਈ ਹੈ ਮਤਲਬ ਇਹ ਤੇ ਲੈਮੀਨੇਸ਼ਨ ਹੋਇਆ ਹੋਇਆ ਸੌਰੀ ਇਹ ਕੰਪਨੀ ਦਾ ਲੈਮੀਨੇਸ਼ਨ ਹੋਇਆ ਹੁੰਦਾ ਜੀ ਇਹਦੇ ਨਾਲ ਫਾਇਦਾ ਇਹ ਹੋਜੂ ਮੈਨੂੰ ਲੱਗਦਾ ਵੀ ਜਦੋਂ ਬੰਦੇ ਨੇ ਕੰਸਟਰਕਸ਼ਨ ਕਰਨੀ ਹੈ ਤਾਂ ਸੀਮੈਂਟ ਵਗੈਰਾ ਜਿਹੜਾ ਉਹਦੇ ਉੱਤੇ ਪੈ ਜਾਂਦਾ ਤਾਂ ਉਦੋਂ ਬਾਅਦ ਪੇਂਟ ਕਰਨ ਤੋਂ ਪਹਿਲਾਂ ਲੈਮੀਨੇਸ਼ਨ ਉਤਾਰ ਲੈ ਬੰਦਾ ਕਲੀਨਿੰਗ ਦੀ ਲੇਬਰ ਦਾ ਖਰਚਾ ਬਸ ਖਰਚਾ ਖਤਮ ਹੋ ਗਿਆ ਸੱਚ ਖਤਮ ਨਾਲੇ ਫਿਨਿਸ਼ਿੰਗ ਵਧੀਆ ਰਹਿੰਦੀ ਹੈ ਜਿਗਾ ਨਾਲੇ ਫਿਨਿਸ਼ਿੰਗ ਵਧੀਆ ਰਹਿੰਦੀ ਹੈ ਤੇ ਦੂਜੀ ਗੱਲ ਇੱਕ ਆਹ ਗ੍ਰੇ ਕਲਰ ਦੇ ਵਿੱਚ ਆ ਮਤਲਬ ਇਹਦੇ ਬਾਰੇ ਆਪਾਂ ਹਲੇ ਗੱਲ ਨਹੀਂ ਕੀਤੀ ਕੋਈ ਇਹ ਗ੍ਰੇ ਕਲਰ ਜਿਹੜੀ ਟਾਟਾ ਦੀ ਚਗਾਠ ਹੈ ਜੀ ਇਹਨੂੰ ਪੁੱਠਾ ਪਾਸਾ ਕਰਕੇ ਇਹਨੂੰ ਤਿਆਰ ਕੀਤਾ ਹੋਇਆ ਅੰਦਰ ਗ੍ਰੇ ਆ ਗਿਆ ਬੈਕ ਸਾਈਡ ਹੈ ਉਹ ਡਾਰਕ ਗ੍ਰੇ ਹੁੰਦਾ ਜੀ ਟਾਟਾ ਦਾ ਠੀਕ ਹੈ ਉਹਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਰੇਟ ਦਾ ਓਕੇ ਹਾਂਜੀ ਇਹ ਮਤਲਬ ਕਸਟਮਰ ਦੀ ਚੋਇਸ ਆ ਵੀ ਉਹਨੇ ਵਾਈਟ 'ਚ ਕਰਾਉਣਾ ਤੇ ਗ੍ਰੇ 'ਚ ਗ੍ਰੇ 'ਚ ਕਰਾਉਣਾ ਇਹਦੇ ਵਿੱਚ ਕਸਟਮਰ ਨੇ ਆਪਾਂ ਤੋਂ ਪਿੱਛੇ ਕੰਪਾਊਂਡ ਮਰਵਾ ਲਿਆ ਜੀ ਇਹਦਾ ਜਿਹੋ ਜਿਹਾ ਕੋਈ ਜੈਨੂਨ ਖਰਚਾ ਸੀ ਉਹ ਆਪਾਂ ਉਹਨਾਂ ਨਾਲ ਐਗਰੀ ਕਰ ਲਿਆ ਸਟੀਲ ਦੀ ਗੱਲ ਕਰੀਏ ਮਤਲਬ ਜਦੋਂ ਇਹ ਚਗਾਠ ਫਿੱਟ ਹੋ ਗਈ ਇਹਦੇ ਵਿੱਚ ਕੋਈ ਵੀ ਮਟੀਰੀਅਲ ਜਿੱਦਾਂ ਆਰਸੀਸੀ ਵਗੈਰਾ ਕੁਝ ਵੀ ਭਰਤਾ ਹਨਾ ਹਾਂਜੀ ਕੰਕਰੀਟ ਪਰ ਫਿੱਲ ਹੋ ਗਿਆ ਜੰਗਾਲ ਤੈਨੂੰ ਲੱਗਦੀ ਨਹੀਂ ਕਦੇ ਨਹੀਂ ਨਹੀਂ ਲੱਗਦੀ ਟਾਟਾ ਦਾ ਨਾਮ ਹੀ ਹੈ ਕਿਉਂਕਿ ਕੰਪਾਊਂਡ ਮਰਵਾਉਣ ਦਾ ਕੋਈ ਐਕਸਟਰਾ ਮੈਂ ਬਾਕੀ ਦੇਖੋ ਆਪਣੀ ਆਪਣੀ ਚੋਇਸ ਆ ਬੰਦੇ ਦੀ ਚਲੋ ਹੁੰਦਾ ਜੀ ਜਿੰਨੇ ਵੀ ਅਗਲਾ ਕਸਟਮਰ ਕਹਿੰਦਾ ਵੀ ਮੈਨੂੰ ਵੱਧ ਤੋਂ ਵੱਧ ਜਿੰਨੀ ਸੇਫਟੀ ਹੋ ਜਾਏ ਕਿਸੇ ਵੀ ਥਾਂ ਤੇ ਮਤਲਬ ਆ ਕੁਆਲਿਟੀ 'ਚ ਬੰਦਾ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦਾ ਜੀ ਕਿਉਂਕਿ ਇਹਦਾ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਜੀ ਕੰਪਾਊਂਡ ਦਾ ਠੀਕ ਹੈ ਕੋਈ ਖਾਸ ਨਹੀਂ ਹੈਗਾ 2 ਲੀਟਰ ਕੰਪਾਊਂਡ ਲੱਗਦਾ ਕੋਠੀ ਮੋਰ ਕੋਈ ਖਾਸ ਗੱਲ ਨਹੀਂ ਹੈਗੀ ਕੋਈ ਵੱਡੀ ਗੱਲ ਨਹੀਂ ਹਾਂਜੀ ਹਾਂਜੀ ਸਹੀ ਹੈ ਤੇ ਇੱਥੋਂ ਭਰਾਵੋ ਤੁਹਾਨੂੰ ਹੋਲਸੇਲ ਰੇਟ ਦੇ ਵਿੱਚ ਸਾਰਾ ਮਟੀਰੀਅਲ ਮਿਲੂਗਾ ਚਾਹੇ ਤੁਸੀਂ ਇੱਕ ਕੋਠੀ ਦਾ ਲੈਣਾਗਾ ਚਾਹੇ ਤੁਸੀਂ 2 ਚਗਾਠਾਂ ਲੈਣੀਆਂ ਨੇਗੀਆਂ ਤੋ ਆਪਣੀ ਲੋੜ ਮੁਤਾਬਕ ਤੁਸੀਂ ਇੱਥੋਂ ਮਟੀਰੀਅਲ ਆਪਣਾ ਤਿਆਰ ਕਰਵਾ ਸਕਦੇ ਹੋ ਇਹਦਾ ਨਾਪ ਵਗੈਰਾ ਕੀ ਸਿਸਟਮ ਹੁੰਦਾ ਗਾ ਮਤਲਬ ਇਹਦਾ ਦੇਖੋ ਜੀ ਆਪਣੇ ਆਰਕੀਟੈਕਟ ਨਕਸ਼ੇ ਭੇਜਦੇ ਨੇ ਜਿਹਦੇ ਵਿੱਚ ਨਾਪ ਲਿਖਿਆ ਹੁੰਦਾ ਉਹ ਨਾਪ ਦੇ ਹਿਸਾਬ ਤੁਸੀਂ ਚਗਾਠ ਤਿਆਰ ਕਰਦੇ ਨੇ ਰੈਡੀ ਕਰਦੇ ਤੇ ਇਹ ਮਤਲਬ ਆਲ ਓਵਰ ਪੰਜਾਬ ਦੇ ਵਿੱਚ ਆਪਣਾ ਸਪਲਾਈ ਹੁੰਦੀ ਆ ਪੰਜਾਬ ਜੰਮੂ 'ਚ ਵੀ ਗਿਆ ਜੀ ਮਾਲ ਆਪਣਾ ਠੀਕ ਹੈ ਇੱਕ ਬਿਲਡਰ ਆਪਣਾ ਆਪਦਾ ਰਿਸ਼ਤੇਦਾਰ ਸੀ ਜੰਮੂ 'ਚ ਵੀ ਆਪਾਂ ਚਗਾਠਾਂ ਲੈ ਗਿਆ ਜਾਣੀ ਪੰਜਾਬ ਹਰਿਆਣਾ ਨਾਲ ਲੱਗਦੀਆਂ ਸੀ ਤਾਂ ਕਿਤੇ ਵੀ ਬੰਦੇ ਨੇ ਡਿਲੀਵਰੀ ਕਰਾਉਣੀ ਹੈਗੀ ਤਾਂ ਤੁਸੀਂ ਇੱਥੋਂ ਵੀਰੋ ਲੈ ਸਕਦੇ ਹੋ ਨੰਬਰ ਸਕਰੀਨ 'ਤੇ ਆ ਇਸ ਨੰਬਰ ਦੇ ਉੱਤੇ ਤੁਸੀਂ ਗੱਲਬਾਤ ਕਰਕੇ ਆਪਣਾ ਸਾਰਾ ਹੋਰ ਜਾਣਕਾਰੀ ਲੈ ਸਕਦੇ ਤੁਸੀਂ ਵਿਜਿਟ ਵੀ ਕਰ ਸਕਦੇ ਹੋ ਬਰਨਾਲੇ ਜ਼ਿਲ੍ਹੇ ਦੇ ਵਿੱਚ ਬਰਨਾਲੇ ਸ਼ਹਿਰ ਦੇ ਲਾਗੇ ਧਰੌਲਾ ਵਿਖੇ ਇਹ ਫੈਕਟਰੀ ਹੈਗੀ ਅਤੇ ਤੁਸੀਂ ਇੱਥੇ ਆ ਸਕਦੇ ਹੋ ਸੋ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਠੀਕ ਹੈ ਜੀ